ਕੋਟਕਪੂਰਾ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ SDM ਕੋਟਕਪੂਰਾ ਡਾਕਟਰ ਮਨਦੀਪ ਕੌਰ ਦੀ ਅਗਵਾਈ ਦੇ ਵਿਚ ਸਿਹਤ ਵਿਭਾਗ ਦੇ ਫੂਡ ਇੰਸਪੈਕਟਰ ਮੁਕਲ ਗਿੱਲ, ਨਗਰ ਕੌਂਸਲ ਦੇ ਕਰਮਚਾਰੀਆਂ ਅਤੇ ਥਾਣਾ ਸਿਟੀ ਦੇ ਮੁਖੀ ਖੇਮਚੰਦ ਪਰਾਸ਼ਰ ਦੇ ਸਹਿਯੋਗ ਦੇ ਨਾਲ ਸ਼ਹਿਰ ਦੇ ਵਿਚ ਛਾਪੇਮਾਰੀ ਕਰਕੇ ਪਲਾਸਟਿਕ ਦੇ ਲਿਫਾਫੇ, ਮਿਲਾਵਟ ਵਾਲੀਆਂ ਵਸਤੂਆਂ ਅਤੇ ਦੁਕਾਨਦਾਰਾਂ ਦੇ ਵੱਲੋਂ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਚੁਕਵਾਇਆ ਗਿਆ। ਇਹ ਛਾਪਾਮਾਰੀ ਰੇਲਵੇ ਰੋਡ, ਬੱਤੀਆਂ ਵਾਲਾ ਚੌਂਕ, ਜੈਤੋ ਰੋਡ, ਮੋਗਾ ਰੋਡ ਅਤੇ ਹੋਰ ਕਈ ਥਾਵਾਂ ਦੇ ਉੱਤੇ ਕੀਤੀ ਗਈ ਹੈ। ਇਸ ਮੌਕੇ ਦੇ ਉੱਤੇ ਉਹਨਾਂ ਸਮੂਹ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣਾ ਸਮਾਨ ਦੁਕਾਨਾਂ ਤੋਂ ਬਾਹਰ ਨਾ ਰੱਖਣ, ਘਟੀਆ ਵਸਤੂਆਂ ਨੂੰ ਨਾ ਵੇਚਣ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵੀ ਵਰਤੋਂ ਨਾ ਕਰਨ। ਬਸ ਇਹੀ ਕਹਾਂਗੇ, ਗੈਰ ਮਿਲਾਵਟੀ ਸਮਾਨ ਵਿੱਚ ਮਿਲਾਵਟ ਬਿਲਕੁਲ ਬਰਦਾਸ਼ਤ ਕੀਤੀ ਜਾਊਗੀ। ਡੀਸੀ ਸਾਹਿਬ ਦੇ ਹੁਕਮ ਨੇ, SDM ਸਾਹਿਬ ਦੀ ਅਗਵਾਈ ਵਿੱਚ ਕਾਰਵਾਈ ਨਿਰੰਤਰ ਜਾਰੀ ਰਹੇਗੀ। ਹੁਣ ਤੱਕ ਕਿਤਨੀ ਦੁਕਾਨਾਂ ਉੱਪਰ ਛਾਪੇਮਾਰੀ ਕੀਤੀ? ਹੁਣ ਤੱਕ ਅਸੀਂ 3-4 ਦੁਕਾਨਾਂ ਪਿੱਛੇ ਕਰਕੇ ਆਏ ਸਾਂ। ਅਗਰ ਦੁਕਾਨਦਾਰ ਦੁਬਾਰਾ ਵੀ ਇਸੇ ਤਰ੍ਹਾਂ ਪਕੜਾ ਗਿਆ ਤਾਂ ਆਪ ਕਿਆ ਦੁਬਾਰਾ ਫਿਰ ਸੈਂਪਲ ਦੁਬਾਰਾ ਫਿਰ ਕਰਵਾਈ ਹੋਊਗੀ? ਕਿਆ ਕਾਰਵਾਈ ਹੋਗੀ? ਇਸੇ ਤਰ੍ਹਾਂ ਬੜਾ ਹੈ, ਯਾਨੀ ਕਿ ਪ੍ਰਸ਼ਾਸਨ ਆਤਾ ਹੈ ਤੋ ਚੈਕਿੰਗ ਕਰ ਕਰ ਚਲਾ ਜਾਂਦਾ, ਲੇਕਿਨ ਦੁਕਾਨ ਦੇ ਮੁਤਾਬਕ ਉਹਨਾਂ ਦੇ ਕੋਰਟ ਕੇਸ ਹੋਣਗੇ। ਜੇ ਜ਼ਿਆਦਾ ਰਿਪੋਰਟ ਖਰਾਬ ਹੋਈ ਤਾਂ ਸੀ ਜਾਂਦੇ ਕੋਰਟ ਕੇਸ ਲੱਗੂਗਾ, ਅਥਵਾ ADC ਸਾਹਿਬ ਦਾ ਜੁਰਮਾਨਾ ਹੋਊਗਾ, 3-3 ਲੱਖ ਰੁਪਏ ਜੁਰਮਾਨਾ ਮੈਂ ਸਰੈਂਡਰ ਦਾ। ਇਹਦੇ ਵਿੱਚ ਅਸੀਂ ਜਿਹੜੇ ਸਾਰੇ ਫੂਡ ਦੀ ਸੈਂਪਲਿੰਗ ਕੀਤੀ ਆ, ਫੂਡ ਇੰਸਪੈਕਟਰ ਜਿਹੜੇ ਸਾਡੇ ਨਾਲ ਨੇ ਉਹਨਾਂ ਵੱਲੋਂ ਇਹ ਸੈਂਪਲ ਲਏ ਜਾ ਰਹੇ ਨੇ। ਜਿਹੜੀਆਂ ਲੋ ਕੁਆਲਿਟੀ ਦੀਆਂ ਚੀਜ਼ਾਂ ਨੇ, ਅਨਬ੍ਰੈਂਡਡ ਨੇ, ਜਿਨ੍ਹਾਂ 'ਤੇ ਡੇਟ ਆਫ ਮੈਨੂਫੈਕਚਰਿੰਗ ਨਹੀਂ ਆ, ਉਹ ਸਾਰਾ ਅਸੀਂ ਸਮਾਨ ਸੀਜ਼ ਕਰਕੇ ਉਹਨੂੰ ਡਿਸਟਰੋਏ ਕਰ ਰਹੇ ਹਾਂ। ਅੱਜ ਅਸੀਂ ਰੇਲਵੇ ਰੋਡ ਤੇ ਸਾਰਾ ਮੇਨ ਬਾਜ਼ਾਰ ਬੱਤੀਆਂ ਵਾਲੇ ਚੌਂਕ ਤੇ ਆ ਬੱਸ ਸਟੈਂਡ। ਸਮਾਨ ਜਿਹੜਾ ਹੈਗਾ, ਜਿਹੜਾ ਫੂਡ ਸੈਂਪਲ ਜਿਹੜੇ ਲਏ ਆ, ਇਹ ਤੇ ਡਿਸਟਰੋਏ ਹੋਣਗੇ ਜਿਹੜੇ ਲੋਕ ਮਤਲਬ ਘਟੀਆ ਕੁਆਲਿਟੀ ਦੇ ਨੇ। ਇਹ ਜਿਹੜਾ ਬਾਕੀ ਅਸੀਂ ਬਾਜ਼ਾਰਾਂ ਚੋਂ ਸਮਾਨ ਚੁੱਕਿਆ, ਉਹਨਾਂ ਨੇ ਚਲਾਨ ਫੀਸ ਭਰ ਕੇ ਉਸ ਤੋਂ ਬਾਅਦ ਉਹ ਆਪਣਾ ਨਗਰ ਕੌਂਸਲ ਚੋਂ ਲੈ ਸਕਦੇ। ਹਾਂਜੀ, ਕਿਉਂਕਿ ਬਾਜ਼ਾਰਾਂ ਚ ਬਹੁਤ ਜ਼ਿਆਦਾ ਰਸ਼ ਹੈਗਾ, ਉਹਨੂੰ ਈਜ਼ ਆਊਟ ਕਰਨ ਲਈ, ਡੀਕੰਜੈਸ਼ਨ ਲਈ ਟ੍ਰੈਫਿਕ ਵੀ ਹੋ ਸਕਦੀ। ਗੱਲ ਹੋ ਰਹੀ ਜਿਹੜਾ ਸਮਾਨ ਤੁਸੀਂ ਅੱਜ ਰੇਲਵੇ ਰੋਡ ਤੋਂ ਜਾਂ ਤੁਸੀਂ ਚੁੱਕਿਆ, ਕੋਈ ਗਿਣਤੀ ਕਰਕੇ ਚੁੱਕਿਆ ਕਿ ਵੈਸੇ ਕਿਵੇਂ ਪਤਾ ਲੱਗੂ ਕਿਹਦਾ ਕਿਹੜਾ ਸਮਾਨ? ਉਹ ਸਾਰੇ ਜਿਹੜੇ ਬੰਦੇ ਨੇ ਕੰਸਰਨ ਦੁਕਾਨਦਾਰ, ਉਹ ਆਪਣਾ ਆਪਣਾ ਸਮਾਨ ਉੱਥੇ ਪੈਕ ਕਰਾ ਰਹੇ ਨੇ ਜੀ ਨਗਰ ਕੌਂਸਲ ਦੇ ਵਿੱਚ। ਉਹ ਆਪਣਾ ਆਪਣਾ ਆਈਡੈਂਟੀਫਾਈ ਕਰਕੇ ਉੱਥੋਂ ਕਰਕੇ ਉਸ ਹਿਸਾਬ ਨਾਲ ਆਪਣੀ ਚਲਾਨ ਫੀਸ ਜਿਹੜੀ ਫਾਈਨ ਹੈ ਉਹ ਪੇ ਕਰਕੇ। ਜੀ ਜੀ, ਅਸੀਂ ਪਿਛਲੇ ਹਫ਼ਤੇ ਸੋਮਵਾਰ ਵੀ ਚੈਕਿੰਗ ਕੀਤੀ ਸੀ, ਸੋਮਵਾਰ ਤੇ ਮੰਗਲਵਾਰ, ਤੇ ਕੰਟੀਨਿਊ ਚੈਕਿੰਗ ਰਹੇਗੀ ਜੀ। ਦੁਕਾਨਦਾਰਾਂ ਕੋ ਕਿਆ ਮੈਸੇਜ ਦੇਣਾ ਚਾਹਤੇ ਹੈ ਜੋ ਗਲਤ ਮਿਠਾਈ ਬਾਂਟਦੇ ਹੈ? ਅਸੀਂ ਦੇਖੋ ਇਹੀ ਮੈਸੇਜ ਦੇ ਰਹੇ ਹਾਂ ਕਿ ਜਿਹੜੀਆਂ ਵੀ ਚੀਜ਼ਾਂ ਉਹ ਵੇਚ ਰਹੇ ਨੇ ਉਹਨੂੰ ਚੈੱਕ ਕਰਕੇ ਚੰਗੀ ਕੁਆਲਿਟੀ ਦੀਆਂ ਵੇਚਣ, ਔਰ ਡੇਟ ਆਫ ਮੈਨੂਫੈਕਚਰਿੰਗ ਵਗੈਰਾ ਜਿਹੜੀ ਇੱਥੇ ਲੋਕਲ ਬੇਕਰੀਜ਼ ਵਗੈਰਾ 'ਚ ਮੈਨੂਫੈਕਚਰਿੰਗ ਕਰ ਰਹੇ ਨੇ ਉਹ ਪ੍ਰੋਪਰ ਉਹਦੇ 'ਤੇ ਮੈਂਸ਼ਨ ਕਰਨ, ਜਿਹੜੇ ਉਹ ਫੂਡ ਕਲਰ ਵਰਤ ਰਹੇ ਨੇ ਉਹ ਪ੍ਰੋਪਰ ਵਰਤਣ, ਤਾਂ ਕਿ ਲੋਕਾਂ ਦੀ ਸਿਹਤ ਨਾਲ ਜਿਹੜਾ ਉਹ ਖਿਲਵਾੜ ਨਾ ਹੋਵੇ। ਅਦਰਵਾਈਜ਼ ਜੇ ਹੁਣ ਅਸੀਂ ਇੱਕ ਵਾਰੀ ਚੁੱਕਿਆ, ਦੁਬਾਰਾ ਫਿਰ ਇਹਨਾਂ ਦੀ ਜੇ ਪਾਈ ਜਾਏਗੀ ਤਾਂ ਇਹਨਾਂ ਨੂੰ ਹੈਵੀ ਜਿਹੜਾ ਇਹ ਪੈਨਲਟੀ ਆ ਉਹ ਪਾਈ ਜਾਏਗੀ। ਕੋਟਕਪੂਰਾ ਤੋਂ ਗੁਰਪ੍ਰੀਤ ਔਲਖ ਦੀ ਰਿਪੋਰਟ।